ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਪੰਜਾਬੀ ਸਾਹਿਤੇ ਪਰਕਟਾਖੇ ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜੀਆਂ ਜਾ ਰਹੀਆਂ ਹਨ ਗਲਬਾਤ ਵਿੱਚ ਮਨੁੱਖੀ ਦਿਲ ਦੇ ਭਾਵਾਂ ਦੀ ਜਵਹਰਾਤ ਖੋਲ ਕੇ ਰੱਖ ਦੇਣ ਦੀ ਅਸਚਰਜ ਕਰਾਮਾਤ ਭਾਈ ਸਾਹਿਬ ਜੀ ਨੇ ਆਪਣੇ ਗੁਰਪੁਰਬ ਟ੍ਰੈਕਟ ਵਿੱਚ ਆਪਣੇ ਗੁਰਪੁਰਬ ਟ੍ਰੈਕਟਾਂ ਵਿੱਚ ਹਰ ਥਾਂ ਪੰਜਾਬੀ ਨਸਰ ਵਿੱਚ ਦੱਸੀ ਹੈ ਪਦਮਾ ਟ੍ਰੈਕਟ ਵਿੱਚ ਜਿੱਥੇ ਪਹਾੜੀ ਰਾਜਿਆਂ ਦੀਆਂ ਰਾਣੀਆਂ ਇਕੱਠੀਆਂ ਗੱਲਾਂ ਕਰਦੀਆਂ ਹਨ ਉਹ ਸਾਰੇ ਦਾ ਸਾਰਾ ਹਿੱਸਾ ਇੱਥੇ ਅਸੀਂ ਦਿੰਦੇ ਹਾਂ ਇਹ ਪਾਈਸਾ ਪਾਈ ਵੀਰ ਸਿੰਘ ਜੀ ਦੀ ਉਹ ਲਿਖਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪਹਾੜੀ ਰਾਜਿਆਂ ਦੀ ਮੁਲਾਕਾਤ ਹੋਈ ਸੀ ਤੇ ਦੂਜੇ ਕਮਰੇ ਵਿੱਚ ਰਾਣੀਆਂ ਬੈਠ ਕੇ ਆਪਸ ਵਿੱਚ ਗੱਲਬਾਤ ਕਰ ਰਹੀਆਂ ਸਨ ਪਦਮਾ ਸੁਣਾਓ ਬਾਈ ਧਾਰ ਦੇ ਸ਼ਤਰੂ ਨਾਲ ਸੁਲਹਿ ਸਫਾਈ ਹੋ ਗਈ ਰਾਣੀ ਗੁਲੇਰਨ ਐਉਂ ਨਾ ਕਹੋ ਦੁਲਾਰੀ ਜੀ ਉਹ ਤਾਂ ਪਿਆਰ ਦਾ ਅਵਤਾਰ ਹਨ ਡਿੱਠੇ ਸੁਹਣੇ ਦਾ ਫਰਕ ਰਾਣੀ ਡਡਵਾਲਨ ਸਾਰੇ ਰਾਜਿਆਂ ਦੀ ਮਤ ਮਾਰੀ ਹੋਈ ਸੀ ਜੋ ਇਸ ਸੋਹਣੀ ਮੂਰਤ ਨਾਲ ਜਿਸ ਦੇ ਚਰਨ ਚੁੰਮਣੇ ਚਾਹੀਦੇ ਹਨ ਮੱਥੇ ਲਾਈ ਰੱਖੇ ਨੇ ਰਾਣੀ ਸ਼੍ਰੀਨਗਰਨ ਸੰਭਾਲ ਕੇ ਬੋਲ ਘਰ ਵਾਲੇ ਦੇ ਘਰ ਨਹੀਂ ਹੋ ਵਸਣਾ ਜੇ ਕਿਤੇ ਪਤਾ ਲੱਗ ਗਿਆ ਤਾਂ ਧਾਕਾ ਨਾ ਮਿਲ ਜਾਈ ਰਾਣੀ ਡਡਵਾਲਨ ਕਿਸ ਦੀ ਮਜਾਲ ਹੈ ਖਸਮ ਨੂੰ ਨੋਕ ਨਾਲ ਬੰਨ ਕੇ ਰਖੀਦਾ ਹੈ ਰਾਣੀ ਕਯੋਥਲ ਨੇ राम राम ਪਤੀ ਬ੍ਰਤ ਧਰਮ ਤੇਰਾ ਇਹੀ ਹੈ ਰਾਣੀ ਗਡਵਾਲ ਡਿਠਾ ਨਹੀਂ ਤੁਹਾਡਾ ਪਤੀ ਬ੍ਰਤ ਧਰਮ ਸੋ ਜਾਦੂ ਤੇ ਲਖ ਟੂਣਾ ਖਸਮ ਮੋਜੂ ਵਸ ਕਰਨ ਦੇ ਕਾਮ ਡਿਨੇ ਰਾਤ ਇਹੋ ਪਤੀ ਬ੍ਰਤ ਧਰਮ ਹੈ ਨਾ ਲੈਨੇ ਖਸਮੇ ਖਸਮ ਇਸਤਰੀ ਬ੍ਰਤ ਧਰਮ ਲਈ ਬੈਠੇ ਹਨ ਰਾਣੀ ਨੂਰਪੂਰ ਸੱਚ ਕੀ ਆਈ ਬਥੇਰੀ ਸੇਵਾ ਕੀਤੀ ਆਪਾ ਮਾਰ ਕੇ ਸਦਕੇ ਹੋਈ ਦਿਨ ਰਾਤ ਇੱਕ ਕੀਤੇ ਫਕੜ ਖਸਮਾ ਖਾਣਾ ਚੰਬੇ ਦੀ ਇੱਕ ਭੇਟਣ ਤੇ ਰੀਜ ਪਿਆ ਤੇ ਹੁਣ ਉਹ ਰਾਣੀ ਤੇ ਮੈਂ ਗੋਲੀ ਤਾਪ ਸੜੀ ਕਰ ਰਹਿ ਗਈ ਨਹੀਂ ਤਾਂ ਮੈਨੂੰ ਕਿਨੇ ਇੱਥੇ ਲਿਆਉਣਾ ਸੀ ਇਹਨਾਂ ਮਰਦਾਂ ਦਾ ਕੋਈ ਵਿਸਾਹ ਨਹੀਂ ਰਾਣੀ ਪੁੱਟਣ ਹੈ ਤਾਂ ਸੱਚ ਪਰਸਾਨੋ ਕੀ ਕਰੇਗਾ ਸੋ ਭਰੇਗਾ ਅਸੀਂ ਆਪਣੀ ਨਿਭਾਈਏ ਸਾਡਾ ਪਤੀ ਬ੍ਰਤ ਧਰਮ ਸੀਤਾ ਵਰਗਾ ਨਿਭੇਗਾ RAM ਦੀ RAM ਜਾਣੇ ਅਗ ਵਿੱਚ ਪਾਏ ਕੇ ਬਨ ਨੂੰ ਤੋਰੇ ਪਦਮਾ ਮੁਸਕਰਾ ਕੇ ਆਪਣੇ ਆਪ ਵਿੱਚ ਚੰਗੀ ਵਿਦਵਾਨ ਹੈ ਰਾਣੀ ਨਾ ਹਨ ਭੈਣੇ ਜੇ ਹੀ ਬਣੀ ਤੇ ਹੀ ਸਾਰ ਲਈ ਸਦਾ ਪਰਛਾਵੇਂ ਟਿੱਕੇ ਹਨ ਕਿ ਕਦੇ ਸੂਰਜ ਦੀ ਟਿੱਕੀ ਸਦਾ ਸ਼ਖਰੇ ਤੇ ਰਹੀ ਹੈ ਸਭ ਕੁਝ ਟਾਲਨ ਹਾਰ ਹੈ ਰੋਸ ਕਿਉਂ ਤੇ ਦੋਸ਼ ਕਾ ਰਾਣੀ ਡਡਵਾਲਾਂ ਸਾਰੇ ਤੁਹਾਡੇ ਗਿਆਨ ਮੈਂ ਜਾਣਦੀ ਆ ਉਤੋਂ ਮੂੰ ਚੋਪਣੀਆਂ ਤੇ ਵਿੱਚੋਂ ਮੂੰ ਮੀਟੀਆਂ ਪਰਾੜੀਆਂ ਜਿਨ੍ਹਾਂ ਤੇ ਪੈ ਗਈਆਂ ਸੌਕਣਾ ਤੇ ਸੌਕਣਾ ਦੀਆਂ ਚੜਪੀਆਂ ਗੁੱਡੀਆਂ ਉਹ ਤਾਂ ਸਭ ਬ੍ਰह्म ਗਿਆਨਣਾ ਹੋ ਗਈਆਂ ਤੇ ਜਿਨ੍ਹਾਂ ਦੀ ਚੜ ਰਹੀ ਹੈ ਆਪਣੀ ਗੁੱਡੀ ਉਹ ਬਣ ਬੈਠੀਆਂ ਪਤੀਵ੍ਰਤਾ ਇਹੋ ਕੁਛ ਕਿ ਹੋਰ ਸਾਰੀਆਂ ਹੱਸ ਪਈਆਂ ਰਾਣੀ ਕਹਿਲੂਰਨ ਖਰੀਆਂ ਪਈ ਕਹਿਣੀ ਏ ਡਰਨੀ ਏ ਨਹੀਂ ਜੇ ਰਾਜੇ ਕੰਨੀ ਪਹੁੰਚ ਪਈਆਂ ਤਾਂ ਤੇਰੀ ਚੜੀ ਗੁੱਡੀ ਨਾ ਕੱਟੀ ਜਾਏ ਰਾਣੀ ਡਡਵਾਲਨ ਕੱਟੀ ਜਾਏ ਤਾਂ ਜਾਏ ਕੱਟੀ ਮਾਰੀ ਜੁੱਤੀ ਤੋਂ ਖਾਣਾ ਹੈ ਖਟਿਆ ਕਰਮ ਦਾ ਜਦ ਤੋੜੀ ਹੈ ਯਾਵਰੀ ਕਰਮ ਵਿੱਚ ਲਿਖਾਂਗੀ ਨੋਕ ਤੇ ਖਸਮ ਤੇ ਨੋਕ ਤੇ ਰਾਜਾ ਜਦੋਂ ਦਿੱਤੀ ਹਾਰ ਕਰਮ ਨੇ ਬੋੜੀ ਕਰਨੀ ਨਾ ਰੂਪ ਨੇ ਨਾ ਅਕਲ ਨੇ ਨਾ ਮਿਣਮਿਣ ਨੇ ਤੇ ਨਾ ਇਨਾਂ ਗਿਆਨਾ ਧਿਆਨਾ ਨੇ ਰਾਣੀ ਸਕੇਤਣ ਭੈਣੇ ਦਰੀਏ ਕਰਮ ਦੀ ਗਤੀ ਦਾ ਕੀ ਪਤਾ ਹੈ ਸੀਤਾ ਨਾ ਬਚੀ ਰਾਧਾ ਐਡੇ ਕਰਮਾਂ ਵਾਲੀ ਸੁਖ ਦੀ ਸੁੱਕ ਗਈ ਹੋਰ ਕਿਸੇ ਦੀ ਕੀ ਗੱਲ ਹੈ ਰਾਣੀ ਡਡਵਾਲਨ ਫਿਰ ਤੇਰੀ ਕੀ ਮਰਜ਼ੀ ਹੈ ਅਗੋਈ ਪੇ ਡਰਡਰ ਮਰੀਏ ਜਦੋਂ ਕਰਮ ਦੀ ਗੁੱਡੀ ਚੜੀ ਹੋਵੇ ਉਦੋਂ ਭੈਣ ਨਾਲ ਮਰੀਏ ਜਦੋਂ ਕੱਟੀ ਜਾਵੇ ਤਦੋਂ ਦੁੱਖ ਵਿੱਚ ਸੜੀਏ ਕੋਈ ਘੜੀ ਉਤਲੇ ਸਾਦੀ ਨਾ ਆਵੇ ਰਾਣੀ ਸੁਕੇਤਣ ਨਹੀਂ ਮੈਂ ਇਹ ਤਾਂ ਨਹੀਂ ਕਹਿੰਦੀ ਮੈਂ ਤਾਂ ਕਿਹਾ ਹੈ ਕਰਮ ਦਾ ਵੀ ਕਾਦਾ ਮਾਣਾ ਕਰਮ ਕੋਈ ਪੱਕਾ ਥੋੜਾ ਹੈ ਰਾਣੀ ਡਡਵਾਲਨ ਜਦ ਤੱਕ ਸਹੀ ਤਦ ਤੱਕ ਸਹੀ ਸਾਰੇ ਪੰਡਤ ਜਗਤ ਨੂੰ ਦੁੱਖ ਰੂਪ ਦੱਸਦੇ ਹਨ ਸੋ ਇਸ ਸਰਬਥਾ ਦੁਖ ਰੂਪ ਵਿੱਚ ਜੋ ਘੜੀ ਸੁਖ ਦੀ ਮਿਲ ਗਈ ਸੋਈ ਸਹੀ ਉਸਨੂੰ ਕਿਉਂ ਖਰਾਬ ਕਰੀਏ ਰਾਣੀ ਕਹਿਲੂਰਨ ਗਲ ਕਰਦੇ ਆ ਕੰਧ ਤੋਂ ਡਰੀਏ ਤੇ ਤੂੰ ਜਿਉਂ ਦੇ ਕੰਨਾਂ ਤੋਂ ਨਹੀਂ ਡਰਨੀਏ ਕਿੰਨੇ ਪੇ ਸੁਣਦੇ ਹਨ ਜੇ ਕੰਨੀ ਜਾ ਚੜੀਆ ਤਰਵਾਲ ਸਰ ਵਿੱਚ ਹੀ ਡੇਰਾ ਨਾ ਲੱਗ ਜਾਏ ਰਾਣੀ ਡਡਵਾਲਨ ਮੇਰਾ ਕਿ ਖਸਮ ਦਾ ਸਾਰੀਆਂ ਰਾਮ ਰਾਮ ਰਾਣੀ ਸ਼੍ਰੀ ਨਗਰਨ ਤੇਰੀ ਕੈਂਚੀ ਜੀਪ ਸੜੇ ਘਰ ਵਾਲੇ ਨੂੰ ਰਾਣੀ ਡੜਵਾਲਾ ਡਿੱਠਾ ਨਹੀਂ ਘਰ ਵਾਲਾ ਐਡਾ ਡੋਬਣ ਵਾਲਾ ਚਾਰ ਤੇ ਪੰਜ ਉੱਤੇ ਧਰ ਕੇ ਰੱਖਿਆ ਨਕ ਵਿੱਚ ਪਾਈ ਨਕੇਲ ਤੇ ਕਿਹਾ ਨੱਚੋ ਜੀ ਮਹਾਰਾਜ ਚੁਫੇਰੇ ਤੱਕ ਕੇ ਨਕ ਪਰ ਵੱਟੇ ਨਾ ਵੱਟੋੜਿਓ ਤੇ ਨਾ ਟੁਕੋ ਬੁੱਲ ਖਰੀਆਂ ਖਰੀਆਂ ਲਓ ਸੁਣ ਅੰਦਰੋਂ ਸਾਰਿਆਂ ਮੈਥੋਂ ਵਾਦੋ ਉਤੋਂ ਪਈਆਂ ਮੇਮਣੀਆਂ ਬਣੋ ਮੈਂ ਕਹਿੰਦੀ ਹਾਂ ਖਰੀ ਗੱਲ ਤੇ ਕਹਾਂਗੀ ਖਸਮ ਦੇ ਮੂਹ ਤੇ ਮੈਨੂੰ ਤਾਂ ਜਦੋਂ ਕਹਿੰਦਾ ਹੈ ਨਾ ਕਿ ਮੇਰਾ ਉਹ ਪਿਆਰ ਹੈ ਜੋ ਰਾਮ ਜੀ ਦਾ ਸੀਤਾ ਨਾਲ ਸੀ ਤਾਂ ਮੈਂ ਥੱਥਾ ਨਹੀਂ ਰਖਦੀ ਮੂਹ ਤੇ ਮਾਰਨੀਆਂ ਸੱਚੀ ਡਿਠਾ ਜੀ ਤੁਹਾਡਾ ਪਿਆਰ ਮੈਥੋਂ ਪਹਿਲਾਂ ਚਾਰ ਵਿਆਹ ਹੋ ਚੁੱਕੇ ਚਾਰੇ ਰਾਜੇ ਦੀਆਂ ਤੀਆਂ ਇੱਕ ਤੋਂ ਇੱਕ ਚੜਦੀਆਂ ਗੁਣਾਵਾਲੀਆਂ ਮੈਂ ਤਾਂ ਕਿਸੇ ਦੇ ਪੈਰਾਂ ਦੀ ਤੱਲੀ ਜਈ ਵੀ ਨਹੀਂ ਉਹ ਤੁਸਾਂ ਤਰਾਸੁੱਟੀਆਂ ਤੇ ਮੇਰੇ ਨਾਲ ਕਦ ਨਿਬੜਨ ਲੱਗੇ ਹੋ ਤੁਸਾਂ ਨੂੰ ਮਰਦਾਂ ਨੂੰ ਕਿਸੇ ਨਾਲ ਪਿਆਰ ਨਹੀਂ ਨਵੇਂ ਪੰਨ ਨਾਲ ਮੋਹ ਹੈ ਜਿਸ ਤਰ੍ਹਾਂ ਬਾਲ ਉਸੇ ਤਰ੍ਹਾਂ ਮਰਦ ਨਿਤ ਨਵੇਂ ਖਡੋਣੇ ਨਾਲ ਪਿਆਰ ਪੁਰਾਣੇ ਭਾਨੇ ਨਵੇਂ ਹੋਰ ਰਾਣੀ ਸ਼੍ਰੀਨਗਰ ਫਿਰ ਗੁੱਸੇ ਨਹੀਂ ਹੋ ਜਾਂਦੇ ਰਾਣੀ ਡਡਵਾਲਾ ਹੋ ਪੈਂਡ ਤਾਂ ਹੋ ਪੈਂਡ ਮੈਂ ਤਾਂ ਸਿਰ ਤਲੀ ਤੇ ਧਰੀ ਬੈਠੀ ਹਾਂ ਚਾਰ ਚਿਖਾਂ ਜੋ ਸਾਹਮਣੇ ਬਲਦੀਆਂ ਦੇਖਦੀ ਹਾਂ ਪੰਜਵੀਂ ਆਪਣੀ ਸਮਝਦੀ ਹਾਂ ਬੀੜੀ ਜਾ ਰਹੀ ਹੈ ਪਰ ਜਦੋਂ ਪਉ ਉਦੋਂ ਸੁਣ ਮੈਂ ਕਹਿੰਦੀ ਹਾਂ ਮੈਂ ਅੱਗੇ ਕਿਉਂ ਚੁੜਚੁੜ ਮਰਾਂ ਜਦ ਤੱਕ ਸਹੀ ਤਦ ਤੱਕ ਸਹੀ ਇਹੋ ਮੈਂ ਖਸਮ ਦੇ ਮੂਹ ਤੇ ਮਾਰਨੀ ਹਾਂ ਸਾਫ ਆਖਦੀ ਹਾਂ ਕਰਮਾਂ ਦੀ ਯਾਵਰੀ ਹੈ ਤੁਹਾਡੀ ਸਹਬਤ ਪਰ ਛਾਵਾ ਹੈ ਰਾਣੀ ਸੁਕੇਤਣ ਤਾਂ ਤੂੰ ਹੈ ਸਾੜੀ ਤਾਂ ਸਹਿਮਾ ਨਾਲ ਜਾਨ ਸੁੱਕੀ ਰਹਿੰਦੀ ਹੈ ਰਾਣੀ ਮੰਡਨੀ ਵੇਖਣਾ ਕਿਤੇ ਇਸ ਦੀ ਰੀਸ ਨਾ ਕਰ ਬੈਣੀ ਕੁੱਬੇ ਨੂੰ ਲਤਕਾਰ ਆ ਗਈ ਹੋਵੇ ਤਾਂ ਨਾਜ਼ਕ ਲੱਕ ਵਾਲੇ ਨੂੰ ਪੁੱਠੀ ਪਵੇਗੀ ਭੈਣੋ ਆਪੋ ਆਪਣੇ ਥਾਂ ਸਮਝ ਕੇ ਵਰਤਣਾ ਇਸ ਮੂਹ ਪਾਰਟੀ ਦੀ ਕਦੇ ਰੀਸ ਨਾ ਕਰਨੀ ਰਾਣੀ ਡਡਵਾਲਾ ਸੁਣ ਲਓ ਕਥਾ ਪਣਤਾਣੀ ਦੀ ਖੂਬ ਡਰਿਆ ਕਰੋ ਖੂਬ ਸੜਿਆ ਕਰੋ ਕੁੜਿਆ ਕਰੋ ਮਿਣਮਿਣ ਕਰਿਆ ਕਰੋ ਇਹੋ ਜੇ ਸਤਰਮ ਇਹੋ ਜੇ ਪਤੀਵਰਤ ਉਤੋਂ ਠੰਡੇ ਵਿੱਚੋਂ ਆਵੇ ਦੀ ਅਗ ਵਾਂਗੂ ਠੀਕ ਹੈ ਨਾ ਰਾਣੀ ਕੁਲੂਵਾਲ ਡਡਵਾਲ ਨੇ ਮੈਂ ਆਖਾਂ ਸੱਚੀ ਮੇਰੇ ਗਲ ਨਾ ਅੜੀਏ ਪੈ ਜਾਣ ਕਹਿੰਦੀ ਤਾਂ ਤੂੰ ਖਰੀਆ ਹੈ ਪਰ ਯੋਗ ਨਹੀਂ ਅਸਲ ਗੱਲ ਇਹ ਹੈ ਕਿ ਜਿੱਥੇ ਸੌਕਾ ਹੋ ਉਥੇ ਯਾ ਸਾਢੇ ਤੇਰੇ ਵਾਂਗੂ ਜਿੰਦ ਤਲੀ ਉਤੇ ਤੇ ਜੀਬ ਮੱਥੇ ਦੁੱਖ ਜੋ ਹੈ ਤਾਂ ਸੌਕੇ ਦਾ ਇਹਨਾਂ ਬਾਵਨਾ ਨੂੰ ਕੁਝ ਦੇਈਏ ਜੋ ਇਹ ਵੈਦ ਵਾਕ ਕੱਢ ਦੇਣ ਕਿ ਦੂਜਾ ਵਿਆਹ ਪਾਪ ਹੈ ਤਾਂ ਫਿਰ ਪਤੀ ਨਭ ਜਾਣ ਤੇ ਸਾੜੇ ਅੰਦਰੀ ਵੀ ਸਾੜੇ ਜਾਂ ਬੇਅਦਬੀ ਦੇ ਭਾਵ ਨਾ ਆਉਣ ਰਾਣੀ ਡਡਵਾਲਨ ਆਖੀ ਤਾਂ ਸੱਚੀ ਹੈ ਤੇਰੇ ਕੈਨੂ ਸਿਰ ਮੱਥੇ ਰੱਖਣੀ ਹ ਪਰ ਕਰ ਵੇਖ ਜੇ ਪੇਸ਼ ਚਲਦੀ ਹੋ ਤਾਂ ਭੈਣੇ ਸਾਥੋਂ ਗਰੀਬ ਚੰਗੇ ਚਾਰਾਂ ਨੇ ਲਿਆ ਕੇ ਰਾਤ ਨੂੰ ਗੋਟੀ ਗਬਰੂ ਪਿਆਰ ਨਾਲ ਤਾਂ ਵੰਡ ਖਾਂਦੇ ਹਨ ਨਾ ਨਾ ਸਹੀ ਸੰਸਾਰ ਦੇ ਸੁਖ ਪਰ ਆਪੋ ਵਿੱਚ ਮੋਹ ਤੇ ਇਤਬਾਰ ਦਾ ਸੁਖ ਸਿਰ ਸੁੱਖਾਂ ਦੇ ਸੁਖ ਹੈ ਮੈਂ ਖਸਮ ਨੂੰ ਹੁਕਮ ਵੀ ਤੋੜਦੀ ਹਾਂ ਸੁਖੀ ਹਾਂ ਮੈਂ ਡਰਦੀ ਨਹੀਂ ਮੂੰਹ ਤੇ ਸੁਣਾਉਂਦੀ ਹਾਂ ਜੋ ਮੈਂ ਸਾਡੇ ਸਾਹਮਣੇ ਕਹੀਆਂ ਉਹ ਉਹਦੇ ਮੂੰਹ ਤੇ ਆਖਦੀ ਹਾਂ ਪਰ ਫਿਰ ਮੈਂ ਦੁਹਾਈ ਦੇ ਕੇ ਆਖਦੀ ਹਾਂ ਕਿ ਜੇ ਮੈਂ ਮਜੂਰ ਦੀ ਵੋਟੀ ਹੁੰਦੀ ਇੱਕ ਡੰਗ ਲੱਭਦਾ ਇੱਕ ਨਾ ਲੱਭਦਾ ਆਪ ਪਰਦੀ ਆਪ ਪੀਂਦੀ ਆਪ ਪਕਾਉਂਦੀ ਥੱਕੇ ਪਤੀ ਦੇ ਅੱਗੇ ਧਰਦੀ ਉਹ ਖਾਂਦਾ ਤੇ ਸਜਰੇ ਪਾਣੀ ਦਾ ਘੁੱਟ ਪੀ ਕੇ ਮੇਰੇ ਵੱਲ ਪਿਆਰ ਨਾਲ ਤੱਕਦਾ ਤਾਂ ਮੈਂ ਜੀਉ ਜੀਉ ਪੈਂਦੀ ਉਹ ਸੱਚੇ ਪਿਆਰ ਦੀ ਚਿਤਵਨ ਉਹ ਅੰਦਰਲੇ ਨੇਹੋਂ ਦੀ ਦ੍ਰਿਸ਼ਟ ਜਗਤ ਉਸ ਤੋਂ ਵਾਰ ਸੁੱਟਾ ਉਸ ਇੱਕ ਨਜ਼ਰ ਉਤੋਂ ਸਾਰੀ ਸਤਕੇ ਹੋ ਜਾਵਾ ਮੇਰਾ ਦਿਲ ਮੇਰੇ ਸਵਾਮੀ ਦਾ ਦਿਲ ਇੱਕ ਚਰਨਾਟ ਵਿੱਚ irdੇ ਫਿਰ ਦੁੱਖ ਕੀ ਤੇ ਭੁੱਖ ਕੀ ਗਰੀਬੀ ਕੀ ਤੇ ਵਿਦੇਸ਼ ਕੀ ਕੋਈ ਦੁੱਖ ਫਿਰ ਦੁੱਖ ਨਹੀਂ ਅਸਲ ਗੱਲ ਇਹ ਹੈ ਕਿ ਅਮੀਰੀ ਮਨ ਦੇ ਸੁਖ ਦੀ ਵੈਰਨ ਹੈ ਪਦਮ ਮੇਰੀ ਵਡਿਯੋ ਤੇ ਸਤਕਾਰ ਯੋਗ ਵਡਿਯੋ ਤੁਸੀਂ ਲਗ ਪਈਆਂ ਜੇ ਆਪਣੀ ਗਲੀ ਤੇ ਮੈਂ ਕਰਨੀਆਂ ਸਨ ਹੋਰ ਗੱਲਾਂ ਆਖੋ ਤਾਂ ਛੇਣਾ ਰਾਣੀ ਡਡਵਾਲਨ ਆਹੋ ਨਹੀਂ ਆਹੋ ਪੜਾਕੂਏ ਕਰਨੀਆਂ ਸੁਗਲਾਂ ਤੇਰੀ ਗੱਲੀ ਚੋਲ ਜੂ ਹੋਏ ਨਾ ਹੱਡ ਪਏ ਸੁਖੀ ਵਸਨੀਏ ਛੜੀ ਛਾਂਟ ਨਾ ਲਾਲਚ ਕੀਤਾ ਤੇ ਨਾ ਪਾਏ ਮਾਮਲੇ ਤੈਨੂੰ ਤਾਂ ਹੋਰ ਔਰ ਗੱਲਾਂ ਭਾਵਣੀਆਂ ਹੋਈਆਂ ਨਾ ਪਦਮਾ ਤੁਸੀਂ ਸਾਰੀਆਂ ਵੱਡੀਆਂ ਮੇਰੀਆਂ ਮਾਵਾਂ ਹੋ ਮੈਨੂੰ ਇਹ ਦੱਸੋ ਗੁਰੂ ਕਿਉਂ ਜੱਡਠਾ ਨੇ ਰਾਣੀ ਡਡਵਾਲਨ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਲੈ ਸੁਣ ਮੋਹਨੀ ਮੂਰਤ ਸੋਹਣੀ ਸੂਰਤ ਸਾਖਿਆਤ ਆਪ ਅਰਸ਼ਾਂ ਤੇ ਕੋਈ ਨਾ ਕੁਰਸ਼ਾਂ ਤੇ ਕੋਈ ਨਾ ਬ੍ਰਹਮ ਲੋਕ ਸ਼ਿਵ ਲੋਕ ਸੁੰਜੇ ਤੇ ਸਵਰਗ ਲੋਕ ਸਖਣੇ ਜੋ ਹੈ ਸੋ ਇਹ ਹੈ ਜੇ ਉਥੋਂ ਬੈਕੁੰਠ ਵਿੱਚੋਂ ਕੋਈ ਤਾਂ ਇੱਥਾਂ ਉਤਰ ਆਇਆ ਜੇ ਤੇ ਉਹ ਘਰ ਹੁਣ ਖਾਲੀ ਪਏ ਜੇ ਬਸ ਇਹ ਤਾਂ ਹੈ ਸੱਚ ਤੇ ਬਾਕੀ ਮਿੰਣ ਮਿੰਣ ਤੇ ਗਿਣ ਗਿਣ ਕੁੜੀ ਸੁਣ ਲੈ ਨਾ ਸਾਰੀਆਂ ਪਤੀ ਵਰਤਾ ਕੋਲੋਂ ਰਾਣੀ ਚੰਬਿਆਲਨ ਡਡਵਾਲਨ ਮੈਂ ਜੋ ਕਿਹਾ ਸੀ ਤੀਆਂ ਨਾਲ ਮਖੂਲ ਨਹੀਂ ਫੱਬਦੇ ਰਾਣੀ ਡਡਵਾਲਨ ਜੁਲਾਹੇ ਦੀ ਮਸਖਰੀ ਮਾਂ ਭੈਣ ਦਾ ਪਦਮ ਮੈਂ ਤੁਹਾਡੀ ਬੱਚੀ ਹਾਂ ਤੁਸੀਂ ਪਿਆਰ ਕਰਦੇ ਹੋ ਹਾਂਜੀ ਗੁਰੂ ਜੀ ਕਿਹੋ ਜੇ ਦੇਖੇ ਰਾਣੀ ਡੰਡਵਾਲਨ ਦਸੋ ਨੀ ਮੂੰ ਮੀਟਿਓ ਪਰ ਸਚੋ ਸਚ ਦਸਣਾ ਰਾਣੀ ਸ਼੍ਰੀ ਨਗਰ ਮੇਰੀ ਜਾਂਚ ਵਿੱਚ ਤਾਂ ਇਹ ਆਇਆ ਹੈ ਕਿ ਹਰ ਯੁਗ ਦਾ ਅਵਤਾਰ ਹੈ ਆਪੋ ਆਪਣਾ ਸਾਡੇ ਯੁਗ ਵਿੱਚ ਅਵਤਾਰ ਇਹ ਹਨ ਰਾਣੀ ਨਾ ਹਨ ਮੇਰਾ ਖਿਆਲ ਵੀ ਇਹੋ ਹੈ ਕਿ ਵਿਸ਼ਨੂੰ ਜੀ ਦਾ 16 ਕਲਾ ਅਵਤਾਰ ਹਨ ਰਾਣੀ ਮੰਡੀਣੀ ਮੇਰੀਆਂ ਅੱਖਾਂ ਵਿੱਚ ਤੇ ਮੇਰੇ ਪਤੀ ਦੀਆਂ ਅੱਖਾਂ ਵਿੱਚ ਧਿਆਨ ਵਸ ਗਿਆ ਹੈ। ਇਥੋਂ ਹੋ ਕੇ ਅਸਾਂ ਆਪਣੇ ਨਗਰ ਲੈ ਜਾਣਾ ਹੈ ਤੇ ਦਾਸ ਹੋ ਕੇ ਸੇਵ ਕਮਾਣੀ ਹੈ। ਬਸ ਮੈਥੋਂ ਹੋਰ ਕੀ ਪੁੱਛਦੇ ਹੋ? ਮੇਰੇ ਤਾਂ ਸੁਰਤ ਆਧਾਰ ਹੋ ਗਏ। ਦੱਸਾਂ ਕੀ? ਇਹ ਕਹਿ ਕੇ ਨਿਰਣ ਪਰ ਗਏ। ਰਾਣੀ ਡਡਵਾਲ ਇਹ ਸੱਚ ਬੋਲੀ ਜੇ ਸ਼ਾਬਾਸ਼। ਰਾਣੀ ਸੁਕੇਤਨ ਮੈਂ ਤਾਂ ਘਰੋਂ ਇਹ ਧਾਰ ਕੇ ਗਈ ਸਾਂ ਕਿ ਜੇ અવਤਾਰ ਹਨ ਤਾਂ ਮੈਨੂੰ ਰਾਮ ਰੂਪ ਦੇ ਸੁਣ। ਸੋ ਜਦ ਮੈਂ ਗਈ ਮੈਨੂੰ ਸਾਂਗਲੀ ਸੂਰਤ ਮੋਹਣੀ ਮੂਰਤ ਤਨੁਖਤਾਰੀ ਮਿਰਗ ਨੂੰ ਤੀਰ ਮਾਰ ਰਹੇ ਦੇਸੇ ਮੈਂ ਰਾਮ ਰੂਪ ਸਮਝਦੀ ਹਾਂ। ਰਾਣੀ ਨੂਰਪੂਰਨ ਮੇਰੇ ਨਗਰ ਦੀਆਂ ਹੋਣ ਠੰਡੀਆਂ ਛਾਵਾਂ ਬਰੋਟਿਆਂ ਦੇ ੇਠਾਂ ਡਾਵਾਂ ਪਲੰਗ ਸਤਗੁਰ ਦੇ ਅੱਗੇ ਲਿਆ ਕੇ ਤਰਾਂ ਭੋਜਨ ਤੇ ਇਹਨਾਂ ਪਹਾੜੀ ਰਾਜਿਆਂ ਨੂੰ ਕਿ ਸਿੱਖਾਂ ਨੂੰ ਲੂ ਨਾ ਪਟਕੇ ਵਿਖਾਵਾਂ ਹਾਏ ਕਟਕ ਪਵੇ ਇਸ ਇਲਾਹੀ ਜੋਤ ਨਾਲ ਮੱਥੇ ਲਾਂਦੇ ਲੜਦੇ ਤੇ ਲੜਾਂਦੇ ਹਨ ਬਚੀਏ ਮੇਰੀਆਂ ਅੱਖਾਂ ਵਿੱਚ ਤਾਂ ਹਾਸ અવਤਾਰ ਦਿਸਦੇ ਹਨ ਰਾਣੀ ਡਡਵਾਲਨ ਪਿਆਰੇ ਕਿੰਨੇ ਕੋ ਲੱਗੇ ਨਹੀਂ ਰਾਣੀ ਨੂਰਪੂਰਨ ਜਿਨਨੇ ਸੁਦਾਮਾ ਜੀ ਨੂੰ ਕ੍ਰਿਸ਼ਨ ਪਬੀਖਨ ਜੀ ਨੂੰ ਰਾਮ ਤੂ ਜੀ ਨੂੰ ਵਿਸ਼ਨੂੰ ਰਾਣੀ ਡਡਵਾਲਨ ਫਿਰ ਮਰ ਜਾਓ ਤੁਹਾਨੂੰ ਕਟਕ ਪਵੇ ਖਸਮਾ ਨੂੰ ਦੋ ਦੋ ਲਾ ਕੇ ਸ਼ਰਨ ਕਿਉਂ ਨਹੀਂ ਜੇ ਪਟਕ ਦੀਆਂ ਤੇ ਪਾਉ ਲੈ ਕੇ ਘਰ ਕਿਉਂ ਨਹੀਂ ਹੁੰਦੀਆਂ ਚਰਨੀ ਕੰਮਲੀ ਰਾਣੀ ਨੂਰਪੂਰਨ ਤੇਰੇ ਵਰਗੀਆਂ ਪੋਜ ਸੁਪਤਨੀਆ ਅਸੀਂ ਨਹੀਂ ਹਾਂ ਪਦਮਾ ਹਾਂ ਪੋਟਨਾ ਜੀਓ ਰਾਣੀ ਪੋਟਨਾ ਮੈਂ ਤਾਂ ਜੰਗਲੀ ਤ੍ਰਿਮਤ ਹਾਂ ਮੈਨੂੰ ਕੀ ਸਾਰ ਹੈ ਇਹਨਾਂ ਪਤਾ ਹੈ ਕਿ ਜਦ ਦਰਸ਼ਨ ਕੀਤਾ ਮੇਰੇ ਲੂੰ ਜੀਬ ਵਾਂਗੂ ਹੋ ਗਏ ਤੇ ਆਉ ਸੁਣੀਵੇਂ ਕਿ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਫਿਰ ਮੈਂ ਤਾਂ ਇਸੇ ਵਿੱਚ ਰਹਿ ਗਈ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਰਾਣੀ ਕਿਉਂ ਥਲਨੀ বিষ্ণੂ ਰੂਪ ਸ਼ੰਖ ਚਕਰ ਗਦਾ ਪਦਮ ਰਾਣੀ ਡਡਵਾਲਨ বিষ্ণੂ ਦੇ 10 અવਤਾਰ ਤੈਨੂੰ ਕਿਹੜੇ ਦਿੱਸੇ ਕ੍ਰਿਸ਼ਨ ਰੂਪ ਰਾਣੀ ਕਉਥਲ ਨੇ ਸਾਖਾਤ ਚਤਰਬੋਜ ਅਵਤਾਰੀ ਮਨੁੱਖ ਰੂਪ ਨਹੀਂ ਰਾਣੀ ਹੰਦੂਰਨ ਮੈਨੂੰ ਤਾਂ ਉਸ ਵੇਲੇ ਇਹ dissਿਆ ਕਿ ਹੁਣੇ ਕਾਲੀ ਨਥ ਕੇ ਆਏ ਆਪ ਦੇ ਤੇਜ ਪ੍ਰਤਾਪ ਵੀ ਦਰਬਾਰ ਲਾ ਬੈਠੇ ਹਨ ਤੇ ਸਭ ਰਾਜੇ ਸ਼ਰਨ ਆ ਗਏ ਹਨ ਰਾਣੀ ਗੁਲੇਰਨ ਦਰਸ਼ਨ ਕਰਕੇ ਚਿਤ ਕੀਤਾ ਹਾਰ ਸ਼ਿੰਗਾਰ ਲਾਵਾ ਕਪੜੇ ਫੂਕਾਂ ਤੇ ਅੰਗ ਬਿਪੂਤ ਰਮਾਵਾ ਬਗਵੇ ਪਹਿਣਾ ਲਿਟਾਂ ਛੋੜਦਿਆਂ ਕਿੰਗ ਲੈ ਲਾਵਾਂ ਤੇ ਦਰ ਦਰ ਫੇਰਾ ਤੇ ਕੂਕਾਂ ਆਪ ਆਏ ਜਗਤਾਰ ਅਨਕਾਰਨ ਕਿਉ ਸੁੱਤੇ ਸੰਸਾਰ ਨੈਣਾਂ ਦੇ ਦਰ ਸੂਰਜ ਖੜੋਤਾ ਮਿਲਵੇਂ ਨੈਣ ਉਗਾੜ ਰਾਣੀ ਡਡਵਾਲਨ ਫਿਰ ਭੈੜੀਏ ਉਡੀਕ ਦੀ ਕੀ ਹੈ ਮਾਰਛਾਲ ਅਸੀਂ ਵੀ ਤੇਰੀ ਚਰਨ ਧੂੜ ਮੱਥੇ ਲਾ ਕੇ ਟੁਰੀਏ ਪੀਪੇ ਦੀ ਸੋ ਰਬਾਣੀਆਂ ਵਿੱਚੋਂ ਸੀਤਾ ਤਰੀ ਸਾਡੇ 22 ਧਾਰ ਵਿੱਚੋਂ ਗੁਲੇਰਨ ਤਰੀ ਨਿਤਰ ਪੈਣੀਏ ਸ਼ੁਭ ਵਾਸ਼ਨਾ ਵਿੱਚ ਨਹਿ ਬਿਲੰ ਭਰਮੰਗ ਚਾਹੀਏ ਰਾਣੀ ਗੁਲੇਰਨ ਠੰਡਾ ਸਾਹ ਭਰ ਕੇ ਪਤੀ ਆ ਗਿਆ ਰਾਣੀ ਡਡਵਾਲਨ ਖਾਂਦਾ ਇੱਕ ਖਸਮਨ ਰਾਣੀ ਚੰਬਿਆਲਨ ਤੇਰੀ ਜੀਬ ਕੁਛ ਭੇੜ ਦੀ ਵੱਧ ਗਈ ਉਨਾਂ ਵਾਂਗੂ ਕਤਰਨੀ ਮੁਤਾਜ ਹੈ ਮਨ ਵਧਿਆ ਚੰਗਾ ਨਹੀਂ ਜੀਬ ਵਗਟੂਰੀ ਚੰਗੀ ਨਹੀਂ ਉਹ ਕਥਾ ਨਹੀਂ ਸੁਣੀ ਰਾਣੀ ਸ੍ਰੀ ਨਗਰਨ ਹਾਰ ਵਾਲੀ ਰਾਣੀ ਡਡਵਾਲਨ ਸੁਣਾ ਦੇ ਜੋ ਮੇਰੇ ਮਨ ਚੰਦਰੇ ਨੂੰ ਵੀ ਕੋਈ ਲੱਗੇ ਇਹ ਤਾਂ ਆਖਦਾ ਹੈ ਜਦ ਤੱਕ ਗੁੱਡੀ ਚੜੀ ਹੈ ਦੇ ਡੋਰ ਉਡ ਉਤਲੇ ਕਰੀ ਸੁਣਾ ਨਾ ਫਿਰ ਕਥਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ